ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ ਤੇ ਗੱਲ ਕਰੀਏ ਸੁਖਪਾਲ ਖਹਿਰਾ ਦੀ। ਸੁਖਪਾਲ ਖਹਿਰਾ ਨੇ ਸਿੱਖਿਆ ਮੰਤਰੀ ਨੂੰ ਕਿਹਾ ਵੀ ਤੁਸੀਂ ਮਾਫੀ ਮੰਗੋ। ਹਾਂਜੀ ਦੇਖੋ, ਸੁਖਪਾਲ ਸਿੰਘ ਖਹਿਰਾ ਵਰਾ ਦਾ ਭੇੜ ਹੋਇਆ ਸੀਗਾ ਇਹਨਾਂ ਦੇ ਨਾਲ ਸਦਨ ਦੇ ਵਿੱਚ, ਹਾਊਸ ਦੇ ਵਿੱਚ ਕਾਫੀ ਜ਼ਿਆਦਾ ਬਹਿਸਬਾਜ਼ੀ ਹੋਈ ਸੀਗੀ ਹਰਜੋਤ ਸਿੰਘ ਬਹਿਸ ਅਤੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਦਰਮਿਆਨ। ਦਰਅਸਲ ਕੀ ਹੈ ਕਿ ਇਹਨਾਂ ਨੇ ਟਵੀਟ ਕੀਤੇ ਸਨ, ਇਹਨਾਂ ਦੇ ਜੋ ਪ੍ਰਿੰਸੀਪਲ ਕਲਾਏ ਗਏ ਆ ਉਹਨਾਂ ਦੇ ਕ੍ਰਾਈਟੇਰੀਆ ਨੂੰ ਲੈ ਕੇ, ਤਾਂ ਇਹ ਸੁਖਪਾਲ ਸਿੰਘ ਖਹਿਰਾ ਨੇ ਪੁੱਛਿਆ ਹੈ ਹੁਣ ਦੁਬਾਰਾ ਕਿ ਪ੍ਰਿੰਸੀਪਲ ਦੁਬਾਰਾ ਅਪਲਾਈ ਕਰਨ ਦਾ ਪੋਰਟਲ ਦਸੰਬਰ 2022 ਦੇ ਵਿੱਚ ਖੁੱਲਿਆ ਸੀ ਤੇ 20 ਜਨਵਰੀ 2023 ਆਖਰੀ ਤਰੀਕ ਸੀ ਜਦਕਿ ਵਿਧਾਨ ਸਭਾ ਦੇ ਸਦਨ ਅੰਦਰ ਤੁਸੀਂ ਯਾਨੀ ਹਰਜੋਤ ਸਿੰਘ ਬੈਂਸ ਨੂੰ ਕਰਿਆ ਕਿ ਵੱਲੋਂ ਪੋਰਟਲ ਖੁੱਲਣ ਦੀ ਤਰੀਕ ਅਕਤੂਬਰ 22 ਦੱਸੀ ਗਈ ਆ। ਇਸੇ ਮੁੱਦੇ ਤੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਦਨ ਨੂੰ ਮਿਸਲੀਡ ਕਰਨ ਕਰਕੇ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ। ਤੁਹਾਨੂੰ ਯਾਦ ਹੋਏਗਾ ਨਾ ਹਰਜੋਤ ਸਿੰਘ ਬੈਂਸ ਨੇ ਕਿਹਾ ਸੀਗਾ ਕਿ ਤੂੰ ਝੂਠ ਬੋਲਦਾ ਜਾਂ ਮਤਲਬ ਕਿ ਜਿਸ ਤਰ੍ਹਾਂ ਬੋਲਦੇ ਹੁੰਦੇ ਆ ਤਲਖੀ ਚ ਕਿ ਗਲਤ ਕਰਦੇ ਹੋ, ਇਹ ਕਰਦੇ ਹੋ, ਉਹ ਕਰਦੇ ਹੋ। ਤਾਂ ਗੱਲ ਇਹ ਆ ਕਿ ਇਹਨਾਂ ਨੇ ਜੋ ਆਪਣਾ ਉੱਥੇ ਪੱਖ ਰੱਖਿਆ ਇਹਨਾਂ ਨੂੰ ਝੂਠਿਆਂ ਕਰਕੇ, ਤਾਂ ਹੁਣ ਸੁਖਪਾਲ ਸਿੰਘ ਖਹਿਰਾ ਨੇ ਦੁਬਾਰਾ ਡਾਕੂਮੈਂਟ ਜਿਹੜੇ ਆ ਉਹ ਛਾਇਆ ਕੀਤੇ ਆ ਕਿ ਆਹ ਵੇਖੋ ਜੀ ਤੁਹਾਡੀ ਜਿਹੜੀ ਕਟ ਆਫ ਡੇਟ ਆ ਆ ਆ ਆ, ਤੁਸੀਂ ਉੱਥੇ ਅਕਤੂਬਰ 22 ਜਿਹੜੀ ਆ ਪੋਰਟਲ ਖੁੱਲਣ ਦੀ ਤਰੀਕ ਦੱਸੀ ਜਾਂਦੇ ਹੋ, ਤੋ ਇਹ ਝੂਠ ਹੈ ਤੇ ਜੇ ਤੁਸੀਂ ਝੂਠ ਬੋਲਿਆ ਫਿਰ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ। ਵੈਸੇ ਤੇ ਇੱਥੇ ਇਹਨਾਂ ਦਾ ਇੱਕ ਮੰਤਰੀ ਉਹ ਝੂਠ ਬੋਲ ਗਿਆ ਸੀ, ਤੁਹਾਨੂੰ ਪਤਾ ਹੀ ਆ ਜੀ, ਮੈਂ ਟਵਿੱਟਰ ਨਹੀਂ ਚਲਾਉਂਦਾ, ਮੈਨੂੰ ਨੀ ਪਤਾ ਕਿਵੇਂ ਚੱਲਦਾ, ਲੰਮੀਆਂ ਲੰਮੀਆਂ ਬਾਹਾਂ ਉਲਾਰ ਕੇ। ਜਦਕਿ ਉਸੇ ਹੀ ਮੰਤਰੀ ਨੇ ਗੁਜਰਾਤ ਚ ਪਕੌੜੇ ਤਲਦਿਆਂ ਦੀ ਆਪਣੀ ਫੋਟੋ ਪੋਸਟ ਕੀਤੀ ਹੋਈ ਹੈ ਜੀ, ਤੇ ਉਸੇ ਹੀ ਮਾਮਲੇ ਚ ਸੁਖਪਾਲ ਖਹਿਰਾ ਦੇ ਵਿਰੁੱਧ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕੀਤੇ ਹੋਏ ਆ ਜੀ, ਜ਼ਮੀਨ ਨੱਪੀ ਵਾਲੇ ਮਾਮਲੇ ਚ। ਮਤਲਬ ਕਿ ਇਹ ਤੇ ਬਥੇਰਾ ਕੁਛ ਕਰ ਜਾਂਦੇ ਨੇ। ਖੈਰ ਜੇ ਤੇ ਹੁਣ ਸਪੀਕਰ ਮਤਲਬ ਕਿ ਕੋਈ ਪਿਰਤ ਸਿਰਜਣੀ ਚਾਹੁੰਦੇ ਹੋਣ, ਮਿਸਾਲ ਪੈਦਾ ਕਰਨੀ ਚਾਹੁੰਦੇ ਹੋਣ ਜੀ, ਬਈ ਸਪੀਕਰ ਹਮੇਸ਼ਾ ਨਿਰਪੱਖ ਚੱਲਦੇ ਆ ਤੇ ਘੇਰਿਆ ਜਾ ਸਕਦਾ, ਇਹਨਾਂ ਨੂੰ ਘੇਰਿਆ ਜਾ ਸਕਦਾ। ਔਰ ਉੱਧਰ ਜੇ ਤੁਸੀਂ ਵੇਖੋ ਕਿ ਰਾਹੁਲ ਗਾਂਧੀ ਘਿਰੇ ਪਏ ਨੇ, ਉਹਨਾਂ ਦੀ ਤੇ ਨੌਬਤ ਇੱਥੋਂ ਤੱਕ ਆਈ ਪਈ, ਦੱਸਦੇ ਆ ਕਿ ਹੋ ਸਕਦਾ ਮੈਂਬਰਸ਼ਿਪ ਵੀ ਰੱਦ ਹੋ ਜਾਵੇ ਕਿਉਂਕਿ ਮਰਿਆਦਾ ਕਮੇਟੀ ਦੇ ਕੋਲ ਉਹਨਾਂ ਦਾ ਮਾਮਲਾ ਚਲਾ ਗਿਆ। ਉਹੀ ਮੈਂ ਜਿਵੇਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਇੱਕ ਵਾਰੀ ਕਿ ਅਡਾਨੀ ਅਤੇ ਨਰਿੰਦਰ ਮੋਦੀ ਦਾ ਨਾਮ ਲੈਣ ਦੇ ਚੱਕਰ ਚ, ਸੋ ਇਹ ਹੋ ਜਾਂਦਾ ਕਈ ਵਾਰ ਕਸੂਤਾ ਜਿਹਾ ਪੈ ਜਾਂਦਾ ਹੈ ਜੀ ਜੀ ਜੀ। ਹਾਂਜੀ ਦੇਖੋ, ਸੁਖਪਾਲ ਸਿੰਘ ਖਹਿਰਾ ਵਰਾ ਦਾ ਭੇੜ ਹੋਇਆ ਸੀਗਾ ਇਹਨਾਂ ਦੇ ਨਾਲ ਸਦਨ ਦੇ ਵਿੱਚ, ਹਾਊਸ ਦੇ ਵਿੱਚ ਕਾਫੀ ਜ਼ਿਆਦਾ ਬਹਿਸਬਾਜ਼ੀ ਹੋਈ ਸੀਗੀ ਹਰਜੋਤ ਸਿੰਘ ਬਹਿਸ ਅਤੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਦਰਮਿਆਨ। ਦਰਅਸਲ ਕੀ ਹੈ ਕਿ ਇਹਨਾਂ ਨੇ ਟਵੀਟ ਕੀਤੇ ਸਨ, ਇਹਨਾਂ ਦੇ ਜੋ ਪ੍ਰਿੰਸੀਪਲ ਕਲਾਏ ਗਏ ਆ ਉਹਨਾਂ ਦੇ ਕ੍ਰਾਈਟੇਰੀਆ ਨੂੰ ਲੈ ਕੇ, ਤਾਂ ਇਹ ਸੁਖਪਾਲ ਸਿੰਘ ਖਹਿਰਾ ਨੇ ਪੁੱਛਿਆ ਹੈ ਹੁਣ ਦੁਬਾਰਾ ਕਿ ਪ੍ਰਿੰਸੀਪਲ ਦੁਬਾਰਾ ਅਪਲਾਈ ਕਰਨ ਦਾ ਪੋਰਟਲ ਦਸੰਬਰ 2022 ਦੇ ਵਿੱਚ ਖੁੱਲਿਆ ਸੀ ਤੇ 20 ਜਨਵਰੀ 2023 ਆਖਰੀ ਤਰੀਕ ਸੀ ਜਦਕਿ ਵਿਧਾਨ ਸਭਾ ਦੇ ਸਦਨ ਅੰਦਰ ਤੁਸੀਂ ਯਾਨੀ ਹਰਜੋਤ ਸਿੰਘ ਬੈਂਸ ਨੂੰ ਕਰਿਆ ਕਿ ਵੱਲੋਂ ਪੋਰਟਲ ਖੁੱਲਣ ਦੀ ਤਰੀਕ ਅਕਤੂਬਰ 22 ਦੱਸੀ ਗਈ ਆ। ਤੇ ਇਸੇ ਮੁੱਦੇ ਤੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਦਨ ਨੂੰ ਮਿਸਲੀਡ ਕਰਨ ਕਰਕੇ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ। ਤੁਹਾਨੂੰ ਯਾਦ ਹੋਏਗਾ ਨਾ ਹਰਜੋਤ ਸਿੰਘ ਬੈਂਸ ਨੇ ਕਿਹਾ ਸੀਗਾ ਕਿ ਤੂੰ ਝੂਠ ਬੋਲਦਾ ਜਾਂ ਮਤਲਬ ਕਿ ਜਿਸ ਤਰ੍ਹਾਂ ਬੋਲਦੇ ਹੁੰਦੇ ਆ ਤਲਖੀ ਚ ਕਿ ਗਲਤ ਕਰਦੇ ਹੋ, ਇਹ ਕਰਦੇ ਹੋ, ਉਹ ਕਰਦੇ ਹੋ। ਤਾਂ ਗੱਲ ਇਹ ਆ ਕਿ ਇਹਨਾਂ ਨੇ ਜੋ ਆਪਣਾ ਉੱਥੇ ਪੱਖ ਰੱਖਿਆ ਇਹਨਾਂ ਨੂੰ ਝੂਠਿਆਂ ਕਰਕੇ, ਤਾਂ ਹੁਣ ਸੁਖਪਾਲ ਸਿੰਘ ਖਹਿਰਾ ਨੇ ਦੁਬਾਰਾ ਡਾਕੂਮੈਂਟ ਜਿਹੜੇ ਆ ਉਹ ਛਾਇਆ ਕੀਤੇ ਆ ਕਿ ਆਹ ਵੇਖੋ ਜੀ ਤੁਹਾਡੀ ਜਿਹੜੀ ਕਟ ਆਫ ਡੇਟ ਆ ਆ ਆ ਆ, ਤੁਸੀਂ ਉੱਥੇ ਅਕਤੂਬਰ 22 ਜਿਹੜੀ ਆ ਪੋਰਟਲ ਖੁੱਲਣ ਦੀ ਤਰੀਕ ਦੱਸੀ ਜਾਂਦੇ ਹੋ, ਤੋ ਇਹ ਝੂਠ ਹੈ ਤੇ ਜੇ ਤੁਸੀਂ ਝੂਠ ਬੋਲਿਆ ਫਿਰ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ। ਵੈਸੇ ਤੇ ਇੱਥੇ ਇਹਨਾਂ ਦਾ ਇੱਕ ਮੰਤਰੀ ਉਹ ਝੂਠ ਬੋਲ ਗਿਆ ਸੀ, ਤੁਹਾਨੂੰ ਪਤਾ ਹੀ ਆ ਜੀ, ਮੈਂ ਟਵਿੱਟਰ ਨਹੀਂ ਚਲਾਉਂਦਾ, ਮੈਨੂੰ ਨੀ ਪਤਾ ਕਿਵੇਂ ਚੱਲਦਾ, ਲੰਮੀਆਂ ਲੰਮੀਆਂ ਬਾਹਾਂ ਉਲਾਰ ਕੇ। ਜਦਕਿ ਉਸੇ ਹੀ ਮੰਤਰੀ ਨੇ ਗੁਜਰਾਤ ਚ ਪਕੌੜੇ ਤਲਦਿਆਂ ਦੀ ਆਪਣੀ ਫੋਟੋ ਪੋਸਟ ਕੀਤੀ ਹੋਈ ਹੈ ਜੀ, ਤੇ ਉਸੇ ਹੀ ਮਾਮਲੇ ਚ ਸੁਖਪਾਲ ਖਹਿਰਾ ਦੇ ਵਿਰੁੱਧ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕੀਤੇ ਹੋਏ ਆ ਜੀ, ਜ਼ਮੀਨ ਨੱਪੀ ਵਾਲੇ ਮਾਮਲੇ ਚ। ਮਤਲਬ ਕਿ ਇਹ ਤੇ ਬਥੇਰਾ ਕੁਛ ਕਰ ਜਾਂਦੇ ਨੇ। ਖੈਰ ਜੇ ਤੇ ਹੁਣ ਸਪੀਕਰ ਮਤਲਬ ਕਿ ਕੋਈ ਪਿਰਤ ਸਿਰਜਣੀ ਚਾਹੁੰਦੇ ਹੋਣ, ਮਿਸਾਲ ਪੈਦਾ ਕਰਨੀ ਚਾਹੁੰਦੇ ਹੋਣ ਜੀ, ਬਈ ਸਪੀਕਰ ਹਮੇਸ਼ਾ ਨਿਰਪੱਖ ਚੱਲਦੇ ਆ ਤੇ ਘੇਰਿਆ ਜਾ ਸਕਦਾ, ਇਹਨਾਂ ਨੂੰ ਘੇਰਿਆ ਜਾ ਸਕਦਾ। ਔਰ ਉੱਧਰ ਜੇ ਤੁਸੀਂ ਵੇਖੋ ਕਿ ਰਾਹੁਲ ਗਾਂਧੀ ਘਿਰੇ ਪਏ ਨੇ,
ਉਹਨਾਂ ਦੀ ਤੇ ਨੌਬਤ ਇੱਥੋਂ ਤੱਕ ਆਈ ਪਈ ਦੱਸਦੇ ਆ ਕਿ ਹੋ ਸਕਦਾ ਮੈਂਬਰਸ਼ਿਪ ਵੀ ਰੱਦ ਹੋ ਜਾਵੇ ਕਿਉਂਕਿ ਮਰਿਆਦਾ ਕਮੇਟੀ ਦੇ ਕੋਲ ਉਹਨਾਂ ਦਾ ਮਾਮਲਾ ਚਲਾ ਗਿਆ। ਉਹੀ ਮੈਂ ਜਿਵੇਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਇੱਕ ਵਾਰੀ ਕਿ ਅਡਾਨੀ ਅਤੇ ਨਰਿੰਦਰ ਮੋਦੀ ਦਾ ਨਾਮ ਲੈਣ ਦੇ ਚੱਕਰ ਚ, ਸੋ ਇਹ ਹੋ ਜਾਂਦਾ ਕਈ ਵਾਰ ਕਸੂਤਾ ਜਿਹਾ ਪੈ ਜਾਂਦਾ ਹੈ। ਜੀ ਜੀ ਜੀ